ਸੰਮਤੀ ਨਾਲ ਪੰਚਾਇਤ ਬਣੀ ਦਾ ਸਰਕਾਰ ਵੱਲੋਂ ਜਿਹੜਾ 2 ਲੱਖ ਰੁਪਈਆ ਜਿਹੜਾ ਦਿੱਤਾ ਜਾਣਾ ਔਰ ਇੱਕ ਪਿੰਡ ਦੇ ਵਿੱਚ ਧੜੇਬੰਦੀ ਖਤਮ ਹੁੰਦੀ ਆ, ਜਿਹੜੀ ਕੜੱਤਣ ਹੁੰਦੀ ਉਹ ਖਤਮ ਹੁੰਦੀ ਆ। ਨਾਲ ਹੀ ਸਰਦਾਰ ਜੋਗਿੰਦਰ ਸਿੰਘ ਮਾਨ ਜੀ ਨੇ ਵੀ ਕਿਹਾ ਹਰੇਕ ਪਿੰਡ ਨੂੰ ਜਿਹੜੀ ਸੰਮਤੀਆਂ ਬਣੀ 2 ਲੱਖ ਰੁਪਈਆ ਪੰਜਾਬ ਸਰਕਾਰ ਵੱਲੋਂ ਔਰ ਜਿਹੜੀਆਂ ਗ੍ਰਾਂਟਾਂ ਆਉਣੀਆਂ ਉਹਨਾਂ ਵਿੱਚ ਸਪੈਸ਼ਲ 2-2 ਲੱਖ ਰੁਪਈਆ ਉਹ ਪਿੰਡਾਂ ਨੂੰ ਦਿੱਤਾ ਜਾਊਗਾ। ਮੈਂ ਸਾਰਿਆਂ ਪਿੰਡਾਂ ਵਾਲਿਆਂ ਨੂੰ ਅਪੀਲ ਕਰਦਾ ਵੀ ਸੰਮਤੀ ਦੀਆਂ ਪੰਚਾਇਤਾਂ ਬਣਾਓ ਔਰ ਪਿੰਡ ਦਾ ਵਿਕਾਸ ਕਰਾਓ। 30 ਤਰੀਕ ਨੂੰ ਜੋ ਪੰਚਾਇਤੀ ਚੋਣਾਂ ਹੋ ਰਹੀਆਂ ਪੂਰੇ ਪੰਜਾਬ ਦੇ ਵਿੱਚ, ਜਿਹਦੇ ਤਹਿਤ ਫਗਵਾੜਾ ਦੇ ਵਿੱਚ 17 ਪੰਚਾਇਤਾਂ ਦੇ ਸੰਮਤੀ ਹੋਈ ਆ, 3 ਪੰਚਾਇਤ ਬਿਨਾਂ ਮੁਕਾਬਲੇ ਜਿੱਤੇ ਗਏ, ਇਹਦੇ ਟੋਟਲ 20 ਹੋ ਗਏ ਆ ਪੰਚਾਇਤਾਂ। ਔਰ ਸਾਡੀ ਕੀ ਮੇਰੀ ਔਰ ਮਾਨ ਸਾਹਿਬ ਦੀ ਇਹ ਆ ਵੀ ਵੱਧ ਤੋਂ ਵੱਧ 50 ਦੇ ਕਰੀਬ ਜਿਹੜੀਆਂ ਸੰਮਤੀ ਪੰਚਾਇਤਾਂ ਨਾਲ ਬਣ ਜਾਣ। ਕੋਸ਼ਿਸ਼ ਸਾਡੀ ਇਹ 50 ਦੀਆਂ 50 ਬਣ, ਜੇ ਨਾ ਵੀ ਹੋਇਆ ਮੁਕਾਬਲਾ ਹੋਇਆ ਤਾਂ ਕਾਂਗਰਸ ਦੀਆਂ 91 ਦੀਆਂ 91 ਪੰਚਾਇਤਾਂ ਬਣ ਗਈ ਇਸ ਵਾਰ, ਇਤਿਹਾਸ ਬਣੂਗਾ ਫਗਵਾੜੇ ਦੇ ਵਿੱਚ। ਔਰ ਸਰਦਾਰ ਜੋਗਿੰਦਰ ਸਿੰਘ ਮਾਨ ਦੀ ਮੈਂ 91 ਦੀਆਂ 91 ਸੀਟਾਂ ਜਿੱਤ ਕੇ ਜਿਹੜੀ ਉਹਨਾਂ ਦੀ ਝੋਲੀ ਪਾਊਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।